ਅੱਜ ਅਸੀਂ ਪਹੁੰਚੇ ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਸ਼ਮੀਰ ਵਿਖੇ ਜਿੱਥੇ ਕਿ ਕਿਸਾਨਾਂ ਨੇ 26 ਅਤੇ 27 ਤਰੀਕ ਨੂੰ ਦਿੱਲੀ ਪਹੁੰਚਣਾ ਸੀ ਉਹਨਾਂ ਵੱਲੋਂ ਅੱਜ ਹੀ ਤਿਆਰੀਆਂ ਆਰੰਭ ਦਿੱਤੀਆਂ ਹਨ ਅਤੇ ਅੱਜ ਹੀ ਕੁਝ ਜਥੇਬੰਦੀਆਂ ਵੱਲੋਂ ਚਾਲੇ ਪਾ ਜਾ ਰਹੇ ਹਨ ਇੱਥੇ ਤੁਸੀਂ ਦੇਖ ਰਹੇ ਹੋ ਦੇਖੋ ਕਿਸ ਤਰ੍ਹਾਂ ਇਹ ਟਰਾਲੀਆਂ ਜੋ ਕਿ ਆਪਣੇ ਸਮਾਨ ਨਾਲ ਲੈਸ ਹਨ ਇਹਨਾਂ ਵਿੱਚ ਪੂਰਾ ਸਮਾਨ ਖਾਣ ਪੀਣ ਦਾ ਸਮਾਨ ਰਹਿਣ ਦਾ ਸਮਾਨ ਅਜੇ ਬਿਸਤਰੇ ਆਦਿ ਸਾਰਾ ਕੁਝ ਪ੍ਰਬੰਧ ਕੀਤੇ ਗਏ ਹਨ ਕਿਉਂਕਿ ਇਹਨਾਂ ਦਾ ਕਹਿਣਾ ਕਿ ਜਦ ਦਿੱਲੀ ਜਾਵਾਂਗੇ ਤਾਂ ਇਹ ਨਹੀਂ ਪਤਾ ਸਾਨੂੰ 2 ਦਿਨ 4 ਦਿਨ 10 ਦਿਨ ਅਤੇ ਪਤਾ ਨਹੀਂ 6 ਮਹੀਨੇ ਵੀ ਜਾਂ ਸਾਲ ਵੀ ਲੱਗ ਸਕਦਾ ਹੈ ਅਤੇ ਸਾਡੇ ਕੋਲ 6-6 ਮਹੀਨਿਆਂ ਦਾ ਸਾਲ ਦਾ ਰਾਸ਼ਨ ਹੈ ਅਸੀਂ ਪੂਰਾ ਪ੍ਰਬੰਧ ਕਰਕੇ ਚੱਲੇ ਹਾਂਗੇ ਤੁਹਾਨੂੰ ਦਿਖਾ ਰਹੇ ਹਾਂਗੇ ਇਹ ਦੇਖੋ ਕਿਸ ਤਰ੍ਹਾਂ ਰਹਿਣ ਦਾ ਵੀ ਅਤੇ ਰਾਸ਼ਨ ਵੀ ਇਹਨਾਂ ਨੇ ਪੂਰਾ ਟਰਾਲੀਆਂ ਵਿੱਚ ਬੰਦੋਬਸਤ ਕੀਤਾ ਉੱਪਰ ਤਰਪਾਲਾਂ ਪਾਈਆਂ ਹੋਈਆਂ ਹੈ ਵਾਟਰ ਪ੍ਰੂਫ ਇਹ ਸਾਰਾ ਤਿਆਰ ਕੀਤਾ ਗਿਆ ਹੈਗਾ ਅਤੇ ਇਹ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਇਹ ਕਿਸਾਨ ਸਾਰੇ ਆਪਣੀਆਂ ਤਿਆਰੀਆਂ 'ਚ ਆਪਣੇ ਟਰਾਲੀਆਂ ਜਿਹੜੀਆਂ ਉਹਨਾਂ ਨੂੰ ਕੰਪਲੀਟ ਕਰ ਰਹੇ ਹਨ ਇਹ ਜਿਹੜੀ ਹੈਗੀ ਇਹ ਵੀ ਇਹਨਾਂ ਦੀ ਰਸੋਈ ਹੈਗੀ ਇਹਨਾਂ ਨੂੰ ਵੀ ਲੋਕ ਲੱਗਦੇ ਹੈਗੇ ਸਾਰਾ ਕੁਛ ਤੁਸੀਂ ਦੇਖੋ ਵਿੱਚ ਸਾਰਾ ਸਮਾਨ ਪਿਆ ਹੈਗਾ ਮੁਕੰਮਲ ਇਹ ਬੰਦ ਹੁੰਦੀ ਹੈਗੀ ਹਰੇਕ ਪਾਸਿਓਂ ਇੱਕ ਇੱਕ ਟਰੈਕਟਰ ਮਗਰ 2-2 ਟਰਾਲੀਆਂ ਪਾਈਆਂ ਗਈਆਂ ਹਨ ਇੱਕ 'ਚ ਰਾਸ਼ਨ ਪਾਣੀ ਅਤੇ ਦੂਸਰੇ 'ਚ ਬਿਸਤਰੇ ਹਨ ਜੋ ਕਿ ਇੱਥੇ ਇਹਨਾਂ ਦਾ ਪੈਣ ਦਾ ਪ੍ਰਬੰਧ ਹੈਗਾ ਵੀ ਠੰਡ ਦੇ ਰੁੱਤ ਹੈ ਬਿਸਤਰਾ ਬਿਲਕੁਲ ਠੀਕ ਹੈ ਜੀ ਰਜਾਈਆਂ ਹਨ ਇਹ ਸਾਰੇ ਪ੍ਰਬੰਧ ਕੀਤੇ ਗਏ ਹਨ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਲੰਮੇ ਟਰਾਲੀਆਂ ਖੜੀਆਂ ਹਨ ਜਿਹੜਾ ਕਿ ਇੱਕ ਇੱਕ ਟਰਾਲੀ ਟਰੈਕਟਰ ਮਗਰ 2-2 ਟਰਾਲੀਆਂ ਪਾਈਆਂ ਗਈਆਂ ਹਨ ਅਤੇ ਸਾਡੇ ਨਾਲ ਕੁਛ ਕਿਸਾਨ ਵੀ ਆਏ ਹਨ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ 26 ਤੇ 27 ਨੂੰ ਜਾਣਾ ਸੀ ਪਰ ਅੱਜ ਇਹ ਤੁਸੀਂ ਚਾਲੇ ਪਾਤੇ ਹੈਗੇ ਇਹ ਆਇਆ ਨਾ ਜੀ ਫਿਰ ਰਸ਼ ਜ਼ਿਆਦਾ ਹੋਊਗਾ ਹੌਲੀ ਹੌਲੀ ਸਮਾਂ ਲੱਗੂਗਾ ਇਕੱਠੇ ਹੁੰਦਿਆਂ ਦਾ ਅੱਜ ਅਸੀਂ ਸੁਨਾਮ ਪਹੁੰਚਾਂਗੇ ਉੱਥੇ ਸਾਡੇ ਸਾਰੇ 50,000 ਜਾਂ 60,000 ਜਿੰਨਾ ਵੀ ਬੰਦਾ ਇਕੱਠਾ ਹੋ ਕੇ ਉਦੋਂ ਬਾਅਦ ਸੁਬਾਹ 25 ਨੂੰ ਚਾਲੇ ਪਾਵਾਂਗੇ ਤੇ ਤੁਸੀਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ 2-2 ਟਰਾਲੀਆਂ ਜਿਵੇਂ ਪਾਈਆਂ ਕੀ ਇਹਨਾਂ 'ਚ ਸਾਰੇ ਹੀ ਪ੍ਰਬੰਧ ਹੈ ਜੀ ਰਾਸ਼ਨ ਹੈ ਇਹਦੇ 'ਚ ਜੀ ਮੰਨ ਲਓ ਆਟਾ ਹੈਗਾ ਲੱਕੜ ਹੈ ਸਿਲੰਡਰ ਹੈ ਖੰਡ ਚਾਹ ਮਿੱਠਾ ਤੇਲ ਲੂਣ ਮਿਰਚ ਮਸਾਲਾ ਜਾਨੀ ਕਿ ਇਹ ਪੂਰਾ ਪ੍ਰਬੰਧ 6 ਮਹੀਨਿਆਂ ਦਾ ਪ੍ਰਬੰਧ ਹੈ ਸਾਡੇ ਕੋਲ ਇੱਕ ਇੱਕ ਟਰਾਲੀ ਵਾਲੇ ਨਾਲ 6-6 ਮਹੀਨਿਆਂ ਦਾ ਪ੍ਰਬੰਧ ਹੈ ਜੀ ਕਿੰਨਾ ਕੁ ਦਿਨ ਉੱਥੇ ਲੱਗ ਸਕਦੇ ਤੁਹਾਡੇ ਇੰਨਾ ਚਾਹਾਂ ਮਰਜ਼ੀ ਲੱਗ ਜੇ ਜੀ ਐਂ ਉੱਥੇ ਲਲਕਾਰੇ ਮਾਰਦੇ ਤੁਰੇ ਆਉਣਾ ਜੀ ਅੱਜ ਲੈ ਕੇ ਫੇਰ ਆਵਾਂਗੇ ਤੁਸੀਂ ਅੱਜ ਇੱਥੇ ਕੋਟ ਸ਼ਮੀਰ ਤੋਂ ਹੁਣ ਚੱਲਣ ਲੱਗੇ ਹੋ ਅੱਗੇ ਕਿੱਥੇ ਪੜਾ ਹੋਊਗਾ ਤੁਹਾਡਾ ਅੱਗੇ ਸੁਨਾਮ ਦਾ ਜੀ ਉਸ ਤੋਂ ਬਾਅਦ ਕਹਾਂ ਸੁਬਾ ਫੇਰ ਦਿੱਲੀ ਕੰਨ ਨੂੰ ਕੁਝ ਕਰਾਂਗੇ ਤੇ ਜੇ ਤੁਹਾਨੂੰ ਉੱਥੇ ਦਿੱਲੀ 'ਚ ਨਾ ਜਾਣ ਦਿੱਤਾ ਗਿਆ ਨਹੀਂ ਨਹੀਂ ਜਾਣ ਕਿਉਂ ਨਾ ਦਿੱਤਾ ਗਿਆ ਜੀ ਜਾਵਾਂਗੇ ਦਿੱਲੀ ਨਹੀਂ ਸੁਣਿਆਗਾ ਵੀ ਬੈਰੀਗੇਟ ਲਾ ਦਿੱਤੇ ਗਏ ਸ਼ਾਇਦ ਨਾ ਜਾਣ ਨਹੀਂ ਨਹੀਂ ਜੀ ਸਾਰਾ ਪ੍ਰਬੰਧ ਹੈਗਾ ਜਾਣ ਦਾ ਜੀ ਦਿੱਲੀ ਗੁਰਦੁਆਰਾ ਸਾਹਿਬ ਦਾ ਉਹਨਾਂ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਸਾਡਾ ਆਪਦਾ ਪੂਰਾ ਪ੍ਰਬੰਧ ਹੈ ਦਿੱਲੀ ਜਾ ਕੇ ਫਿਰ ਉੱਥੋਂ ਆਪਦਾ ਹੱਕ ਲੈ ਕੇ ਫਿਰ ਮੁੜਨਾ ਜੀ ਭਲਾ ਦੀ ਕਿੰਨਾ ਹੀ ਸਮਾਂ ਲੱਗ ਜੀ ਸਾਨੂੰ ਕੁਛ ਬਜ਼ੁਰਗ ਵੀ ਸਾਡੇ ਨਾਲ ਆ ਦੇਖੋ ਕਿਸ ਤਰ੍ਹਾਂ ਆ ਰਿਹਾ ਖੁੰਡੀ ਤੇ ਸੋਟੀ ਤੇ ਚੱਲ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਜਰਨਾਮ ਸਿੰਘ ਜੀ ਕਿਹੜਾ ਪਿੰਡ ਹੈ ਦਿਓਨ ਤੇ ਤੁਸੀਂ ਕਿੱਥੇ ਚੱਲੇ ਸੀ ਧਰਨੇ ਤੇ ਜਾਂਦੇ ਹੋ ਕਿੱਥੇ ਨਾ ਖੁੰਡੀ ਤੇ ਤੁਰਦੇ ਹੋਗੇ ਠੰਡ ਆਈ ਪਈ ਹੈਗੀ ਠੰਡ ਕੋਈ ਨਹੀਂ ਗੱਲ ਜੀ ਤੇ ਘਰੇ ਕੋਈ ਰੋਕਦਾ ਨਹੀਂ ਨੋਹਾਂ ਜਾਂ ਪੋਤੇ ਜਾਂ ਪੋਤੇ ਯਾਰ ਰੋਕ ਕੇ ਫਿਰ ਮਰਨਾ ਸਾਰਿਆਂ ਨੇ ਕੀ ਕਹਿੰਦੇ ਆ ਉਹ ਦੇ ਇੱਥੇ ਹੀ ਮਰਨਾ ਉੱਥੇ ਮਰਜੀ ਫਿਰ ਕੀ ਹੁੰਦਾ ਵੀ ਮੋਦੀ ਦੇ ਗੱਲ ਲੱਗ ਕੇ ਮਰੇਗਾ ਹਾਂ ਕੀ ਕਾਰਨ ਕੀ ਹੋ ਗਿਆ ਤਪਾਏ ਪਏ ਆ ਭਰਾਵਾ ਹੁਣ ਕਰਕੇ ਕੀ ਤੇ ਛੋਟੀ ਵੀ ਐਡੀ ਚੱਕੀ ਨਾਲ ਛੋਟੇ ਵਸਾਰਾ ਚਾਹੀਦਾ ਤੇ ਜੇ ਕੋਈ ਹੁਣ ਲੋੜ ਪੈ ਜੇ ਫਿਰ ਵਰਤਾਂਗੇ ਉਹਦਾ ਟਰੇਲੀ ਭਰੀ ਪਈ ਹੈ ਤੇ ਸਨ ਕਿਸਾਨ ਬਜ਼ੁਰਗ ਵੀ ਇਹਨਾਂ ਦੇ ਵੀ ਹੌਸਲੇ ਇੰਨੇ ਬੁਲੰਦ ਨੇ ਕਹਦੇ ਵੀ ਜਿਹੜੀ ਸਹਾਰੇ ਲਈ ਸੋਟੀ ਹੈ ਇਹ ਕਿਤੇ ਵਰਤ ਵੀ ਸਕਦੇ ਹੈਗੇ ਤੁਸੀਂ ਦੇਖੋ ਕਿਸ ਤਰ੍ਹਾਂ ਕਿਸਾਨ ਆਪਣੇ ਪੂਰੇ ਤਿਆਰੀਆਂ ਵਿੱਚ ਹਨ ਤੇ ਇਹ ਦੇਖੋ ਕਿਸ ਤਰ੍ਹਾਂ ਬਿਸਤਰੇ ਲਾਏ ਹੁਣ ਇੱਕ ਬਜ਼ੁਰਗ ਵਿਚਾਰ ਦੀ ਆਰਾਮ ਵੀ ਫਰਮਾ ਰਹੇ ਹਨ ਤੇ ਸਾਰਾ ਸਮਾਨ ਝੋਲਿਆਂ 'ਚ ਕੱਪੜੇ ਲੀੜੇ ਸਾਰੇ ਬੈਗ ਭਰ ਕੇ ਰੱਖੇ ਹੋਏ ਹਨ ਦੇਖੋ ਤੁਸੀਂ ਕਿਸ ਤਰ੍ਹਾਂ ਬਿਸਤਰਿਆਂ ਨਾਲ ਰਜਾਈਆਂ ਗਦੈਲਿਆਂ ਨਾਲ ਟਰਾਲੀਆਂ ਭਰੀਆਂ ਹੋਈਆਂ ਹਨ ਕਿਉਂਕਿ ਠੰਡ ਦੀ ਰੁੱਤ ਹੈ ਇਹਦਾ ਇੰਤਜ਼ਾਮ ਵੀ ਕਰਨਾ ਇੱਧਰ ਪਾਣੀ ਵਾਲੀ ਟੈਂਕੀ ਵੀ ਨਾਲ ਲੈ ਕੇ ਗਏ ਇਹ ਉੱਥੇ ਪਾਣੀ ਦੀ ਵੀ ਕਿਰਤ ਆ ਸਕਦੀ ਹੈਗੀ ਕਿਉਂਕਿ ਦਿੱਲੀ ਹੈ ਅਤੇ ਉੱਥੇ ਪ੍ਰੋਬਲਮ ਆ ਸਕਦੀ ਹੈ
ਦੇਖੋ ਕਿਸ ਤਰ੍ਹਾਂ ਆਪਣੇ ਜਿਹੜੇ ਬੈਗ ਹੈਗੇ ਸਾਰੇ ਟੰਗੇ ਹੋਏ ਨੇ। ਬਹੁਤ ਹੀ ਪ੍ਰਬੰਧ ਮੁਕੰਮਲ ਕੀਤੇ ਗਏ ਨੇ, ਬਹੁਤ ਹੀ ਸੱਜੇ ਢੰਗ ਨਾਲ ਇਹ ਪ੍ਰਬੰਧ ਕੀਤੇ ਗਏ ਹਨ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਕੀ ਨਾਮ ਹੈ ਜੀ ਤੁਹਾਡਾ? ਬਹਾਦਰ ਸਿੰਘ ਹੈ ਜੀ। ਬਹਾਦਰ ਸਿੰਘ ਜੀ, ਆਪਣਾ ਘੋਟਾ ਚੱਕਿਆ ਗਿਆ, ਕੀ ਕਾਰਨ ਹੈਗਾ ਜੀ? ਇਹਦੀ ਕੋਈ ਚਟਨੀ ਕਰਨੀ ਹੈ, ਮਸਾਲਾ ਲਗਾਉਣਾ ਹੈ, ਕੂੜਾ ਵੀ ਹੈਗਾ, ਸਾਰਾ ਸਮਾਨ ਤਿਆਰ ਹੈ। ਬਾਕੀ ਇਹ ਹਥਿਆਰ ਹੀ ਹੈ ਸਾਡਾ, ਇੱਕ ਖਾਲਸਿਆਂ ਦਾ ਕਿਰਪਾ ਹੈ। ਛੋਟੇ ਕੋਲ ਹੀ ਦੇਖਿਆ ਜੀ, ਹੋਰ ਤਾਂ ਕਿਸੇ ਨੇ ਸਿੰਘ ਕੋਲ ਹੀ ਹੁੰਦਾ ਜੀ, ਸਾਡੇ ਕੋਲ ਨਾਲ ਲਾਇਸੈਂਸ ਦੀ ਲੋੜ ਹੈ, ਸਾਡਾ ਤਾਂ ਆਲਰੇਡੀ ਨਿਕਲ ਹੈ, ਅੱਗੇ ਵੀ ਹੋਰ ਵੀ ਹੈਗੇ ਸਾਡੇ ਕੋਲ ਪੰਜ ਚਾਰ ਨਸ਼ੇ ਹਥਿਆਰ, ਕੱਲ੍ਹ ਗੁਰੂ ਕੇ ਖਾਲੀ ਤਾਂ ਜਾਂਦੇ ਨਹੀਂ ਕਿਤੇ ਜਾ ਕੇ। ਮੈਂ ਘਰੇ ਬਾਲ ਬੱਚੇ ਪੋਤੇ ਪੋਤੀਆਂ ਜਾਂ ਨੋਹਾਂ ਪੁੱਤ ਨਹੀਂ ਕਹਿੰਦੇ ਵੀ ਘਰੇ ਬੈਠੇ? ਨਹੀਂ ਕਹਿੰਦੇ, ਹੁਣ ਲੋਕ ਕਾਮਲਾ ਕਹਿੰਦੇ, ਕਾਮਲਾ ਕਹਿੰਦੇ ਅਸੀਂ ਆਪਦੇ ਸਲਬਾਂ ਦੇ ਸਹੀ ਹਾਂ, ਦੁਨੀਆ ਕਾਮਲਾ ਬਾਬੇ ਨਾਨਕ ਨੂੰ ਕਹੇਗੀ ਹੈ, ਇਹ ਜੀ ਕਿਹੜਾ ਹੋਇਆ ਸਾਨੂੰ ਨਾ? ਫਿਰ ਉੱਥੇ ਵਰਤੋਂਗੇ ਵੀ ਇਹਨੂੰ? ਵਰਤਾਂਗੇ ਵੀ, ਜੇ ਹੁਣ ਦੁਸ਼ਮਣ ਜੇ ਹੱਥ ਦੇਖਣਾ ਵੀ ਵੇਖਾਂ ਪਿੱਛੇ ਤਾੜਦੇ, ਜੋ ਵੀ ਹੋਵੇ, ਬਾਕੀ ਕੂੜਾ ਘੋਟਾ ਮਿਰਚਾਂ ਲਾਗਣ ਨੂੰ ਵਰਤਾਂਗੇ। ਨਹੀਂ, ਜਿਵੇਂ ਬਾਬਾ ਕਰਜਾ ਸਿੰਘ ਬੋਤਾ ਸਿੰਘ ਸੀਗੇ, ਉਹ ਘੋਟਾ ਲੈ ਕੇ ਉਹ ਕਰਦੇ ਸੀਗੇ। ਹਾਂਜੀ, ਉਹ ਰੋਡ ਵੀ ਤਿਆਰੀ ਹੈ, ਕੋਈ ਇਸ ਗੱਲ ਪਿੱਛੇ ਹਟਣ ਨੂੰ ਥਾਂ ਨੇ, ਕਿਰਪਾ ਮਾਲਕ ਦੇ, ਸਾਰੇ ਪਾਸੇ ਵਰਤ ਜਾਣਾ ਨੇ, ਲੂਣ ਮਿਰਚ ਵੀ ਲੱਗਣਾ, ਜੋ ਪਿੱਛੇ ਹਟਣ ਨੂੰ ਥਾਂ ਨੇ। ਅਸੀਂ ਅਰਦਾਸ ਕਰਕੇ ਚੱਲੇ ਗੁਰੂ ਘਰ ਅਸੀਂ ਪਿੱਛੇ ਮੁੜਨ ਦੀ ਕੋਈ ਗੱਲ ਨਹੀਂ, ਤੁਸੀਂ ਹੁਕਮ ਨਾ ਕਰਿਆ ਸਾਨੂੰ, ਬਾਕੀ ਗੱਲ ਫੌਜ ਨੂੰ ਹੁਕਮ ਨਾ ਕਰੇ ਤਾਂ ਇਹ ਕੋਈ ਗੱਲ ਨਹੀਂ, ਸਰੀਰ ਲੱਗ ਜੂ ਬੇਪ੍ਰਭਾਵ ਕੋਈ ਚੱਲੇ, ਪੁੱਤ ਹੈ ਪੋਤੇ ਹੈ, ਕਿਰਪਾ ਮਾਲਕ ਦਾ ਰੰਗ ਲੱਗਿਆ, ਮਰਨਾ ਤਾਂ ਇੱਕ ਦਿਨ ਹੈਗੇ, ਇੱਥੇ ਵੀ ਮਰ ਜਾਣੇ, ਜੇ ਉੱਥੇ ਮਰ ਜਾਂਗੇ ਤਾਂ ਕੋਈ ਕੀਮਤ ਹੈ ਦੁਨੀਆਂ 'ਚ ਵੀ ਨਾ ਹੈ, ਔਰ ਅਸੀਂ ਮੁੱਲ ਦੀ ਖਾਤਰ ਵੀ ਨਹੀਂ ਮਰਦੇ, ਵੀ ਕਿ ਅਸੀਂ ਪੈਸਿਆਂ ਖਾਤਰ ਨਹੀਂ ਮਰ ਜਾਣਗੇ, ਆਪਦੇ ਹੱਕ ਲਈ ਧਰਮ ਲਈ ਮਰ, ਜਨਤਾ ਦਾ ਜ਼ੁਲਮ ਹੁੰਦਾ ਕਿ ਸਾਡਾ ਸਰੀਰ ਲੱਗੇ ਤਾਂ ਭਲਾ ਹੋਵੇ ਤਾਂ ਕੋਈ ਗੱਲ ਨਹੀਂ। ਪਿਆਰ ਕਿਸਾਨ ਆਗੂ ਜਿਨ੍ਹਾਂ ਦਾ ਕਹਿਣਾ ਕਿ ਅਸੀਂ ਜੇ ਆਪਣੇ ਹੱਕ ਦੇ ਖਾਤਰ ਦਿੱਲੀ ਵਿੱਚ ਜਾ ਕੇ ਸ਼ਹੀਦ ਵੀ ਹੋ ਜਾਈਏ, ਮਰ ਵੀ ਜਾਈਏ, ਸਾਨੂੰ ਕੋਈ ਪਰਵਾਹ ਨਹੀਂ, ਕਿਉਂਕਿ ਅਸੀਂ ਆਪਣੇ ਹੱਕਾਂ ਦੇ ਲਈ ਜੂਝ ਰਹੇ ਹਾਂ, ਆਪਣੇ ਹੱਕਾਂ ਦੇ ਲਈ ਲੜ ਰਹੇ ਹਾਂ। ਨਾਇਬ ਸਿੰਘ ਸਿੱਧੂ, ਅਜੀਤ ਟੀਵੀ, ਬਠਿੰਡਾ।